जगी अच फिर खड़ गया उरे ओ कोई गल नहीं परमात्मा सुख रखे आप भी लवेंगे गड्डी का फिलहाल अज का सफर अपना फिर एक बार बस गया वीरे गड्डी किन्ने च पै गई तेनू है ओ भाई 9 लाख की पै गई सी ऑन रोड ते हुण 5 साल हो गए सोच रहे भी इहनू मैं चेंज कर दा जे नवी लूंगा तो बहुत खर्चा आ जूगा सारा बैंक बैलेंस खाली हो जूगा उत्तों घर दी जिम्मेदारियां भी बहुत ने उपर नहीं एक बार तो लैनी आ नवी ओ लवांगे 2-4 महीने खड़ जाने होर की आ अच्छा ਵੀਰੇ ਗੱਡੀ ਕਿੰਨੇ ਚ ਪੈ ਗਈ ਤੈਨੂੰ ਹੈ ਉਹ ਬਾਈ 9 ਲੱਖ ਦੀ ਪੈ ਗਈ ਸੀ ਔਨ ਰੋਡ ਤੇ ਹੁਣ 5 ਸਾਲ ਹੋ ਗਏ ਸੋਚ ਰਿਹਾ ਵੀ ਇਹਨੂੰ ਮੈਂ ਚੇਂਜ ਕਰਦਾ ਅੱਛਾ ਉਹ ਹੋਰ ਦੱਸ ਬਾਈ ਜੱਗੀ ਤੂੰ ਕੀ ਕਰਦਾ ਹੁਣ ਅੱਜ ਕੱਲ ਮੈਂ ਤਾਂ ਬਾਈ LIC ਚ ਜੌਬ ਕਰਦਾ ਆ ਬਸ ਉੱਥੇ ਲੰਘਦਾ ਆ ਟਾਈਮ ਸਾਰਾ ਆਪਾਂ ਬਾਈ ਮੈਂ ਡੈਂਟਲ ਸਰਜਨ ਆ ਹਸਪੀਟਲ ਦੇ ਵਿੱਚ ਅੱਛਾ ਯਾਰ ਤੂੰ ਵਧੀਆ ਰਿਹਾ ਫਿਰ ਬਾਈ ਸੈੱਟ ਹੋ ਗਿਆ ਬਾਈ ਉਦੋਂ ਯਾਰ ਪ੍ਰਾਈਵੇਟ ਕਾਲਜ ਚ ਪੜ ਗਏ 20 ਲੱਖ ਲੱਗ ਗਿਆ ਸੀ ਉਸ ਟਾਈਮ ਇੱਕ ਕੋਰਸ ਦੇ ਵਿੱਚ 20 ਲੱਖ ਬਾਈ ਉਦੋਂ ਡੈਡੀ ਲਵੇ ਹੈਗੀ ਸੀ ਸੇਵਿੰਗ ਤਾਂ ਹੀ ਤਾਂ ਉਹ ਮੈਨੂੰ ਸੈੱਟ ਕਰ ਗਏ ਤੇ ਇਹ ਛੱਡ ਤੂੰ ਇਹ ਦੱਸ ਵੀ ਅੰਕਲ ਉਹਨੀ ਕਿਵੇਂ ਨੇ ਡੈਡੀ ਤਾਂ ਬਾਈ 7 ਸਾਲ ਪਹਿਲਾਂ ਹੀ ਗੁਜ਼ਰ ਗਏ ਸੀਗੇ ਹਾਰਟ ਅਟੈਕ ਨਾਲ ਉਹ ਸੌਰੀ ਯਾਰ ਕੋਈ ਨਹੀਂ ਬਾਈ ਹੋਰ ਦੱਸ ਜੱਗੀ ਯਾਰ ਤੂੰ ਵਿਆਹ ਕਰਾ ਲੈ ਕਾਲੇ ਕੁਵਾਰੀ ਫਿਰਦਾ ਉਹ ਵਿਆਹ ਤਾਂ ਬਾਈ ਕਿੱਥੇ ਹਜੇ ਤਾਂ ਹੀ ਤੁਰੇ ਫਿਰਦੇ ਆ ਸੈੱਟ ਹੋ ਕੇ ਕਰਵਾਵਾਂਗੇ ਵਿਆਹ ਤਾਂ ਹਜੇ ਘਰ ਦੀਆਂ ਜ਼ਿੰਮੇਵਾਰੀਆਂ ਬਹੁਤ ਨੇ ਅੱਛਾ ਚੱਲ ਵਧੀਆ ਲੱਗਿਆ ਰਹਿ ਤੇ ਮੈਨੂੰ ਇੱਕ ਗੱਲ ਦੱਸ ਤੇਰੀ ਇੱਕ ਸਹੇਲੀ ਵੀ ਤਾਂ ਹੁੰਦੀ ਸੀ ਕਾਲਜ ਦੇ ਵਿੱਚ ਉਹਦਾ ਕੀ ਬਣਿਆ ਉਹ ਬਾਈ ਸਹੇਲੀਆਂ ਸੁਹੇਲੀਆਂ ਸਭ ਸਾਥ ਛੱਡ ਜਾਂਦੀਆਂ ਨੇ ਇਹ ਸਭ ਪੈਸੇ ਨਾਲ ਚੱਲਦੇ ਨੇ ਕੰਮ ਪਰ ਗੱਲ ਤਾਂ ਸਹੀ ਹੈ ਯਾਰ ਜੱਗੀ ਅੱਜ ਕੱਲ ਨਾ ਸਾਲਾ ਪੈਸੇ ਹੀ ਸਭ ਕੁਝ ਹੋ ਗਿਆ ਉਹ ਆ ਗਿਆ ਵੀਰੇ ਸਾਹਮਣੇ ਇੱਥੇ ਹੀ ਰੋਕਦੀ ਬਸ ਅੱਛਾ ਇੱਥੇ ਜਾਣਾ ਤੇ ਹਾਂ ਬਸ ਇੱਥੇ ਚਾਰਦੀ ਪਿੰਡ ਮੈਂ ਆਪੇ ਚੱਲ ਜਾਊਗਾ ਬਾਈ ਅੱਗੇ ਅੱਛੀ ਬਸ ਆਹੀ ਰਸਤਾ ਜਾਂਦਾ ਬਾਈ ਪਿੰਡ ਨੂੰ ਕਦੇ ਆਣਾ ਹੋਇਆ ਜੇ ਜ਼ਰੂਰ ਵੀਰੇ ਜੱਗੀ ਮਿਲਦੇ ਆਂਗੇ ਅੱਛਾ ਓਕੇ ਵੀਰੇ ਜੇ ਕਿਸੇ ਦੀ ਫੈਮਿਲੀ ਚ ਇੰਸ਼ੋਰੈਂਸ ਕਰਾਣੀ ਹੋਈ ਤਾਂ ਵੀਰੇ ਜ਼ਰੂਰ ਦੱਸਿਓ ਮੈਨੂੰ ਹੈਲਪ ਹੋ ਜਾਊਗੀ ਉਹ ਮਹਾ ਯਾਰ ਜੱਗੀ ਟੈਨਸ਼ਨ ਨਾ ਲੈ ਜੇ ਤੈਨੂੰ ਨਹੀਂ ਦੱਸੂ ਹੋਰ ਕਿਹਨੂੰ ਦੱਸੂਗਾ ਤੇ ਕਹਿ ਕਰ ਆਪਣਾ ਨੰਬਰ ਦੇ ਯਾਰ ਹਾਂਜੀ ਵੀਰੇ ਨੋਟ ਕਰ ਲਓ ਹਾਂ ਦੱਸ ਵੀਰੇ 9815 ਹਾਂਜੀ 2050 30 2050 30 ਚਲ ਠੀਕ ਹੈ ਜੱਗੀ ਮੈਨੂੰ ਮਿਸ ਕਾਲ ਕਰ ਦਿਓ ਵੀਰੇ ਹਾਂ ਵੀਰੇ ਹਾਂ ਆ ਰਹੀ ਹੈ ਤੈਨੂੰ ਮਿਸ ਕਾਲ ਮੈਂ ਵੀ ਜਾ ਕੇ ਹਲੇ ਇੱਕ ਆਪਰੇਟ ਕਰਨਾ ਓਕੇ ਵੀਰੇ ਓਕੇ ਬਾਈ ਗੋਰੀ ਤੋਂ ਹੀ ਨਾ ਲੈ ਲਾ ਜੇ ਨਵੀਂ ਲਊਂਗਾ ਤਾਂ ਬਹੁਤ ਖਰਚਾ ਆ ਜਾਊਗਾ ਸਾਰਾ ਬੈਂਕ ਬੈਲੈਂਸ ਖਾਲੀ ਹੋ ਜਾਊਗਾ ਉੱਤੋਂ ਘਰ ਦੀਆਂ ਜ਼ਿੰਮੇਦਾਰੀਆਂ ਵੀ ਬਹੁਤ ਨੇ ਉਹ ਪਰ ਨਹੀਂ ਇੱਕ ਵਾਰ ਤਾਂ ਲੈਣੀ ਆ ਨਵੀਂ ਉਹ ਲਵਾਂਗੇ 2-4 ਮਹੀਨੇ ਖੜ ਜਾਂਦੇ ਆ ਹੋਰ ਕੀ ਆ ਪੁੱਤ ਲਿਆ ਮੇਰੇ ਪੱਤੇ ਗੋਲੀਆਂ ਨੇ ਹਾਂ ਹਾਂ ਮੰਮੀ ਉਹੀ ਤਾਂ ਦੇਖੀ ਜਾਂਦਾ ਤੇਰੀ ਦਵਾਈ ਆ ਦੇਖ ਆਹ ਤਾਂ ਤੇਰੀ BP ਦੀ ਦਵਾਈ ਆ ਹਾਂ ਆ ਸ਼ੂਗਰ ਦੀ ਆ ਠੀਕ ਹੈ ਆ ਤੇਰੀ ਹਾਰਟ ਦੀ ਦਵਾਈ ਆ ਠੀਕ ਹੈ ਬਤਾ ਨਾਲੇ ਨਾ ਦਵਾਈ ਟਾਈਮ ਸਿਰ ਲਿਆ ਕਰ ਡਾਕਟਰ ਨੇ ਕਿਹਾ ਆ ਅਗਲੇ ਮਹੀਨੇ ਫਿਰ ਚੈੱਕਅਪ ਹੋਊਗਾ ਅੱਛਾ ਦਵਾਈ ਤਾਂ ਪੁੱਤ ਮੈਂ ਟਾਈਮ ਤੇ ਲੈਣੀ ਆ ਵੀਰੇ ਕਾਲਜ ਦੇ ਨਵੇਂ ਸਮੈਸਟਰ ਦੀ ਫੀਸ ਭਰਨੀ ਸੀ ਤੇਰੀ ਫੀਸ ਅਜੇ ਹੁਣ ਤਾਂ ਭਰੀ ਸੀ ਆਪਾਂ ਤੂੰ ਹਰ ਵਾਰੀ ਪੁੱਤ ਐਂ ਕਹਿਣਾ ਹੁੰਦਾ ਹੈ ਕੁੜੀ 6 ਮਹੀਨੇ ਹੋ ਗਏ ਫੀਸ ਭਰੀ ਚੱਲ ਕਿੰਨੀ ਹੈ ਫੀਸ ਤੇਰੀ ਵੈਸੇ ਕਾਲਜ ਦੀ 60,000 ਹੀ ਹੁੰਦੀ ਆ ਵੀਰੇ ਹਰ ਵਾਰੀ ਕੋਈ ਨਹੀਂ ਭਰ ਦਾਂਗੇ ਫੀਸ ਤੇਰੀ ਤੂੰ ਐਂ ਕਰ ਚਾਹ ਲੈ ਕੇ ਆ ਪਹਿਲਾਂ ਠੰਡ ਬਹੁਤ ਆ ਫਿਰ ਜਾਈ ਤੂੰ ਕਾਲਜ ਨੂੰ ਠੰਡ ਬਹੁਤ ਹੋ ਰਹੀ ਆ ਨਾਲੇ ਪੁੱਤ ਮੈਂ ਕਹਿੰਦੀ ਸੀ ਤੈਨੂੰ ਕੋਠਿਆਂ ਦੀ ਜਿਹੜੀ ਛੱਤ ਹੈ ਨਾ ਸਾਰੀ ਸਿੱਲ ਜੀ ਫੜੀ ਹੋਈ ਆ
ਬਾਲੀ ਹੋਰ ਉਂਝੇ ਲੱਗਦੀ ਹੈ ਉਹਨੂੰ ਸਮਰਾ ਲੈ ਪੁੱਤ ਬਣ ਕੇ ਉਹ ਮੰਮੀ ਕਰਾ ਲਾਂਗੇ ਛੱਤ ਵੀ ਠੀਕ ਹੈ ਜੇ ਹੁਣ ਕਰਾਉਣ ਬੈਠ ਗਿਆ ਨਾ ਬਹੁਤ ਖਰਚਾ ਆ ਜਾਊਗਾ ਆ ਸਿੰਮੀ ਦੀ ਫੀਸ ਵੀ ਤਾਂ ਭਰਨੀ ਆ ਪੁੱਤ ਘਰ 'ਚ ਬਰਕਤ ਨਹੀਂ ਹੁੰਦੀ ਜੇ ਛੱਤ ਸਿੱਲ ਫੜੀ ਰੱਖੇ ਉਹ ਤਾਂ ਕਰਾਉਣੀ ਪਊਗੀ ਤੈਨੂੰ ਔਖਾ ਕਰਾ ਸੌਖਾ ਕਰਾ ਉਹ ਮੈਨੂੰ ਨਹੀਂ ਚਾਹੀਦੀ ਯਾਰ ਬਰਕਤ ਕਦੇ ਘਰ ਦੀ ਛੱਤ ਚੋਣ ਲੱਗ ਜਾਂਦੀ ਆ ਕਦੇ ਫਰਿੱਜ ਖਰਾਬ ਹੋ ਜਾਂਦਾ ਆ ਕਦੇ ਮੋਟਰ ਸਮਰਾ ਲਓ ਆਹੀ ਕੰਮਾਂ 'ਚ ਲੰਘ ਜਾਣੀ ਆ ਮੇਰੀ ਤਾਂ ਸਾਰੀ ਜ਼ਿੰਦਗੀ ਆਈ ਮਰ ਮਰਾ ਜੂੰਗਾ ਇੱਕ ਦਿਨ ਨਾ ਪੁੱਤ ਐਂ ਕਿਉਂ ਕਹਿੰਦਾ ਅਸੀਂ ਜੇ ਗੱਲਾਂ ਨਹੀਂ ਕਰਦੇ ਹੁੰਦੇ ਕੰਮ ਤਾਂ ਕਰਨੇ ਹੀ ਪੈਣੇ ਆ ਪੁੱਤ ਘਰ ਦੇ ਨਾਲੇ ਤਾਂ ਜ਼ਰੂਰੀ ਨੇ ਤੂੰ ਨਹੀਂ ਕਰੇਗਾ ਹੋਰ ਕੌਣ ਕਰੂ ਐਂ ਦੱਸ ਚੱਲ ਠੀਕ ਆ ਮੰਮੀ ਮੈਂ ਦੇਖਦਾ ਬਲਾਨਾ ਮਿਸਤਰੀ ਨੂੰ ਉਸ ਤੋਂ ਲੈਂਦੇ ਹਾਂ ਐਸਟੀਮੇਟ ਚੱਲ ਕੋਈ ਨਹੀਂ ਦੇਖਦੇ ਮੈਂ ਬਲਾਨਾ ਮਿਸਤਰੀ ਨੂੰ ਹੋਰ ਦਿਖਾ ਲੈ ਪੁੱਤ ਕਰਾਉਣ ਵਾਲਾ ਹੀ ਕੰਮ ਚੱਲ ਤੂੰ ਦਵਾਈ ਲੈ ਟਾਈਮ ਨਾਲ ਲੈਣੀ ਕਿੰਨਾ ਕੁ ਟਾਈਮ ਹੋ ਗਿਆ ਬਾਈ ਘਰ ਪਾਏ ਨੂੰ ਇਹ ਤਾਂ ਵੀਰੇ ਦਾਦੇ ਵੇਲੇ ਦਾ ਹੀ ਪਿਆ ਹੋਇਆ ਆ ਕਾਫੀ ਟਾਈਮ ਹੋ ਗਿਆ ਪੁਰਾਣਾ ਹੋ ਗਿਆ ਚਾਹ ਚੱਕੋ ਅੱਜ ਤੁਹਾਨੂੰ ਦਿਖਾਵਾਂ ਮੈਂ ਛੱਤ ਦਿਖਾਵਾਂ ਚਲੋ ਬਾਈ ਛੱਤ ਨੇ ਤਾਂ ਚੋਣਾ ਹੀ ਆ ਯਾਰ ਬਾਲੇ ਤਾਂ ਤੇਰੇ ਟੁੱਟੇ ਪਏ ਨੇ ਹੁਣ ਜਾਂ ਤਾਂ ਤੂੰ ਸਾਰੇ ਬਾਲੇ ਬਦਲਾ ਲਾ ਨਹੀਂ ਮੇਰੀ ਸਲਾਹ ਤਾਂ ਆਇਆ ਯਾਰ ਤੂੰ ਇੱਕ ਵਾਰੀ ਨਾ ਲੈਂਟਰ ਪਵਾ ਲਾ ਵੀਰੇ ਲੈਂਟਰ 'ਤੇ ਕਿੰਨੇ ਕੁ ਪੈਸੇ ਲੱਗ ਜਾਣਗੇ ਇਹ ਤੇ ਲੈਂਟਰ 'ਤੇ ਆ ਜੂਗਾ ਤੇਰਾ ਲੱਖ ਸਵਾ ਲੱਖ ਰੁਪਈਆ ਖਰਚਾ ਆ ਜੂ ਲੱਖ ਸਵਾ ਲੱਖ ਫਿਰ ਵੀਰੇ ਜੇ ਤੁਹਾਡੇ ਕੋਲ ਹੈਗਾ ਆ ਅਗਲੇ ਹਫ਼ਤੇ ਤੋਂ ਟਾਈਮ ਤੁਸੀਂ ਕਰ ਲਓ ਸ਼ੁਰੂ ਹਾਂ ਕੋਈ ਨਹੀਂ ਆਪਾਂ ਅਗਲੇ ਹਫ਼ਤੇ ਤੋਂ ਸਟਾਰਟ ਕਰ ਲੈਂਦੇ ਹਾਂ ਕੰਮ ਵੀਰੇ ਸੋਚਦਾ ਤਾਂ ਮੈਂ ਕਾਫੀ ਟਾਈਮ ਤੋਂ ਸੀਗਾ ਲੈਂਟਰ ਪਾਉਣ ਨੂੰ ਪਰ ਕਦੇ ਹੌਸਲਾ ਜਿਹਾ ਹੀ ਨਹੀਂ ਹੋਇਆ ਅਸੀਂ ਤਰਪਾਲਾਂ ਪਾ ਪਾ ਕੇ ਸਾਰੀ ਗਏ ਕੰਮ ਭਾਈ ਤਰਪਾਲਾਂ ਨਾਲ ਨਹੀਂ ਕਦੇ ਪਾਣੀ ਰੁਕਦੇ ਹੁੰਦੇ ਇਹਦਾ ਇੱਕ ਵਾਰੀ ਯਾਰ ਲੈਂਟਰ ਪਵਾ ਲਾ ਸਾਰੀ ਉਮਰ ਦੀ ਆਰਾਮਦਾਰੀ ਆ ਚਲੋ ਦੇਖਦੇ ਹੁਣ ਜੱਗੀ ਅੱਜ ਫਿਰ ਖੜ ਗਿਆ ਉਰੇ ਉਹ ਕੋਈ ਗੱਲ ਨਹੀਂ ਪਰਮਾਤਮਾ ਸੁੱਖ ਰੱਖੇ ਆਪਾਂ ਵੀ ਲਵਾਂਗੇ ਗੱਡੀ ਕਿਸੇ ਦਿਨ ਫਿਲਹਾਲ ਅੱਜ ਦਾ ਸਫ਼ਰ ਆਪਣਾ ਫਿਰ ਇੱਕ ਵਾਰੀ ਬੱਸ ਜੇ ਆ ਚੱਲੀ ਮੇਰੀ ਗੱਲ ਸੁਣ ਪਹਿਲਾਂ ਕੁੱਟ ਕੇ ਚਾਹ ਨਾ ਪੀ ਜੀ ਆ ਠੰਡ ਬਹੁਤ ਲੱਗਦੀ ਆ ਹਾਂ ਉੱਥੇ ਚੱਲਦੇ ਆ ਆਪਾਂ ਚੱਲੀ ਜੱਗੀ ਓਏ ਕੀ ਸੋਚੀ ਜਾਂਦਾ ਯਾਰ ਮੈਂ ਤੈਨੂੰ ਅੱਜ ਆਫਿਸ 'ਚ ਵੀ ਨੋਟਿਸ ਕੀਤਾ ਯਾਰ ਤੂੰ ਤਾਂ ਖੋਇਆ ਖੋਇਆ ਜਿਹਾ ਪਿਆ ਕੀ ਹੋਇਆ ਮੈਂ ਤਾਂ ਬਾਈ ਬਸ ਇਹ ਸੋਚਦਾ ਆ ਵੀ ਜੇ ਮੈਂ ਸੁਪਨੇ ਨਾ ਨਾ ਲੈਂਦਾ ਤਾਂ ਜ਼ਿੰਦਗੀ ਸੌਖੀ ਹੋ ਜਾਣੀ ਸੀ ਅੱਛਾ ਤੈਨੂੰ ਐਂ ਲੱਗਦਾ ਕਿ ਮੈਂ ਗੱਡੀ ਲੈਣ ਦੇ ਸੁਪਨੇ ਨਾ ਦੇਖਦਾ ਮੇਰੀ ਜ਼ਿੰਦਗੀ ਦੀ ਗੱਡੀ ਸੌਖੀ ਨਿਕਲ ਜਾਂਦੀ ਬਾਈ ਵੈਸੇ ਤੂੰ ਬੜਾ ਅੰਦਾਜ਼ਾ ਲਾਇਆ ਅੱਜ ਮੇਰਾ ਏਜੰਸੀ ਅੱਗੇ ਖੜੇਦਾ ਵੀ ਮੈਂ ਗੱਡੀਆਂ ਨੂੰ ਦੇਖ ਰਿਹਾ ਗੱਡੀਆਂ ਦੇ ਸੁਪਨੇ ਲੈ ਰਿਹਾ ਉਹ ਨਾ ਬਾਈ ਮੈਂ ਜਾਸੀ ਜੂਸੀ ਤੋਂ ਅੰਦਾਜ਼ਾ ਨਹੀਂ ਲਾਇਆ ਅਸਲ ਤਾਂ ਮਿਡਲ ਕਲਾਸ ਬੰਦੇ ਦੀਆਂ ਅੱਖਾਂ ਦੀ ਐਕਸਾਈਟਮੈਂਟ ਹੀ ਦੱਸਦੀ ਆ ਕਿ ਉਹ ਕੀ ਸੋਚ ਰਿਹਾ ਜੱਗੀ ਤੈਨੂੰ ਪਤਾ ਮੇਰਾ ਕੀ ਡ੍ਰੀਮ ਆ ਤੇਰਾ ਕੀ ਡ੍ਰੀਮ ਆ ਬਾਈ ਜਿੰਨੀਆਂ ਕੁ ਪਾਲਸੀਆਂ ਵੇਚ ਕੇ ਨਾ ਤੂੰ ਹੁਣ ਕਮਾ ਰਿਹਾ ਮੈਂ ਇਹਦੇ ਲਵੇ ਨੇੜੇ ਪਹੁੰਚ ਸਾਲਿਆ ਮੈਨੂੰ ਖੁਸ਼ ਕਰ ਰਿਹਾ ਤੂੰ ਉਹ ਨਹੀਂ ਨਹੀਂ ਜਿਵੇਂ ਬਾਬਾ ਜੀ ਨੇ ਕਿਹਾ ਨਹੀਂ ਨਾਨਕ ਦੁਖੀਆ ਸਭ ਸੰਸਾਰ ਇੱਥੇ ਬਾਈ ਸਾਰੇ ਦੁਖੀ ਨੇ ਦੀਪੇ ਅਸਲ 'ਚ ਆਪਾਂ ਦੁਖੀ ਨਹੀਂ ਹੈਗੇ ਜਿਹੜਾ ਮਿਡਲ ਕਲਾਸ ਬੰਦਾ ਹੈ ਨਾ ਉਹ ਇੱਕ ਅੱਖ ਨਾਲ ਤਾਂ ਸੁਪਨੇ ਦੇਖਦਾ ਆ ਦੂਜੀ ਅੱਖ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਅਤੇ ਫਿਰ ਸਾਰੀ ਉਮਰ ਬਸ ਇਹਨਾਂ ਨੂੰ ਪੂਰੇ ਕਰਨ 'ਚ ਲੰਘਾ ਦਿੰਦਾ ਆ ਅੱਛਾ ਜਿਹੜਾ ਤੂੰ ਤੀਜੀ ਅੱਖ ਨਾਲ ਆਫਿਸ ਵਾਲੀਆਂ ਕੁੜੀਆਂ ਨੂੰ ਤਾੜਦਾ ਓਏ ਤੂੰ ਬੜਾ ਮੇਰੀ ਤੀਜੀ ਅੱਖ 'ਤੇ ਨਿਗਾਹ ਰੱਖਦਾ ਓਏ ਕਰਤਾ ਨਾ ਤੈਨੂੰ ਖੁਸ਼ ਕਿੰਨੇ ਪੈਸੇ ਹੋਏ ਜੀ ਵੈਸੇ ਦੀਪੇ ਤੈਨੂੰ ਇੱਕ ਗੱਲ ਕਹਾਂ ਜਦੋਂ ਤੂੰ ਪਾਲਸੀਆਂ ਵੇਚਦਾ ਆ ਨਾ ਤਾਂ ਇੱਕ ਤਾਂ ਕੌਨਫੀਡੈਂਟਲੀ ਗੱਲ ਕਰਿਆ ਕਰ ਕਸਟਮਰ ਨਾਲ ਉਹਦੇ ਨਾਲ ਰਿਲੇਸ਼ਨ ਬਣਾਇਆ ਕਰ ਆਪਣਾ ਮਤਲਬ ਜਿਵੇਂ ਕਹਿਤਾ ਵੀ ਆਹ ਪਿੰਡ ਤੋਂ ਤਾਂ ਬਾਈ ਮੇਰਾ ਆਹ ਮਿੱਤਰ ਵੀ ਆ ਹੈ ਨਾ ਇੱਦਾਂ ਕਰਕੇ ਰਿਲੇਸ਼ਨ ਬਣਦੇ ਨੇ ਇੱਕ ਤਾਂ ਤੇਰੀਆਂ ਪਾਲਸੀਆਂ ਵੀ ਵਿਕਣਗੀਆਂ ਨਾਲ ਰਿਲੇਸ਼ਨ ਬਿਲਡਅਪ ਹੋਣਗੇ ਮਤਲਬ ਵਿਸ਼ਵਾਸ ਜਿੱਤਾ ਲੋਕਾਂ ਦਾ ਹਾਂ ਵੈਸੇ ਮੈਂ ਕਈ ਵਾਰ ਇੱਕ ਗੱਲ ਸੋਚਦਾ ਹੁੰਦਾ ਆਪਾਂ ਇਕੱਠੀ ਆਫਿਸ ਜੁਆਇਨ ਕਰਿਆ ਦੀ ਮੈਂ ਤੇਰੇ ਨਾਲ ਅੱਧ ਤੋਂ ਵੀ ਅੱਧ ਪਾਲਸੀਆਂ ਵੇਚੀਆਂ ਨੇ ਯਾਰ ਸ਼ਾਇਦ ਤੇਰੀਆਂ ਪਾਲਸੀਆਂ ਤਾਂ ਘੱਟ ਵੇਚਦੀਆਂ ਨੇ ਇਹ ਵੀ ਤੇਰੀਆਂ ਜ਼ਿੰਮੇਵਾਰੀਆਂ ਵੀ ਘੱਟ ਨੇ
ਇਹ ਵੀ ਹੋ ਸਕਦਾ ਬਾਈ ਫਿਰ ਇਹਦਾ ਮਤਲਬ ਤਾਂ ਤੂੰ ਗੱਡੀ ਵਿੱਚ ਤੋਂ ਪਹਿਲੇ ਜਾਵੇਂਗਾ ਚੱਲ ਚੱਲੀਏ ਓ ਯਾਰ ਮੇਰੀ ਗੱਲ ਸੁਣ ਗਾਜਰ ਨਾ ਲੈ ਜਾ ਇੱਕ ਇੱਕ ਲਏਗਾ ਮਤਲਬ ਕਿਲੋ ਤਾਂ ਫਿਰ ਐਂ ਬੋਲ ਨਾ ਦੇਖ ਬੋਲ ਬਾਣੀ ਡਿਪੈਂਡ ਕਰਦੀ ਆ ਤਾਂ ਅਸੀਂ ਤਾਂ ਪਾਲਿਸੀਆਂ ਨਹੀਂ ਵੇਖਦੇ ਦੇਖੀ ਹੁਣ ਮੈਂ ਤੈਨੂੰ ਪਾਲਿਸੀ ਵੇਚ ਕੇ ਦਿਖਾਉਂਗਾ ਯਾਰ ਫਿਰ ਤੂੰ ਮੈਨੂੰ ਮੰਨ ਜਾਏਗਾ ਅੱਜ ਦੇਖ ਚੱਲ ਆ ਜਾ ਦੇਖ ਲੈ ਮੰਮੀ ਠੰਡ ਵੱਧ ਹੀ ਜਾਂਦੀ ਆ ਹੋਰ ਬੁੱਤ ਨਹੀਂ ਨਹੀਂ ਨਾ ਪਿਆ ਠੰਡ ਦਾ ਟਾਈਮ ਵੀ ਹੈ ਭਾਈ ਪੁੱਤ ਜੱਗੀ ਛਿੰਮੀ ਆਪਣੀ ਕੋਈ ਕੋਰਸ ਕਰਨ ਨੂੰ ਕਹਿੰਦੀ ਆ ਤੂੰ ਮੈਨੂੰ ਦੱਸ ਨਹੀਂ ਸਕਦੀ ਸਿੱਧਾ ਮੰਮੀ ਨੂੰ ਕਹਿੰਨੀ ਆ ਕਿਹੜਾ ਕੋਰਸ ਕਰਨਾ ਆ ਵੀਰੇ ਆਣਾ ਸੌਫਟਵੇਅਰ ਲੈਂਗੁਏਜ ਦਾ ਕੋਰਸ ਹੈ ਇਹਦੇ ਨਾਲ ਨਾ ਮੇਰੀ ਜੌਬ ਪਲੇਸਮੈਂਟ ਪੱਕੀ ਹੋ ਜੂ ਕੀ ਹਿਸਾਬ ਕਿਤਾਬ ਆ ਤੇਰੇ ਕੋਰਸ ਦਾ ਇਹਦਾ ਤੇ ਕਿੰਨੇ ਚਿਰ ਦਾ ਆ ਵੀਰੇ ਆਣਾ 6 ਮਹੀਨੇ ਦਾ ਕੋਰਸ ਹੈ ਤੇ ਇਹਦੀ ਫੀਸ ਨਾ 90,000 ਹੈ ਪਰ ਤੁਸੀਂ ਆ ਵੀ ਤਾਂ ਸੋਚੋ ਜੇ ਮੇਰੀ ਜੌਬ ਲੱਗ ਗਈ ਤਾਂ 30,000-40,000 ਰੁਪਇਆ ਘਰ ਹੀ ਤੇ ਆਊਗਾ ਨਾ ਮੈਨੂੰ ਐਂ ਦੱਸ ਤੇਰੇ ਉਹ ਕਾਲਜ ਵਾਲੇ ਫੀਸ ਕਿਹੜੀ ਗੱਲ ਦੀ ਲੈਂਦੇ ਨੇ ਭਾਈ ਉਹ ਨਹੀਂ ਕਰਾਉਂਦੇ ਆ ਕੋਰਸ ਕਰਸ ਜਾਂ ਉਹ ਮੰਮੀ ਕਾਲਜਾਂ 'ਚ ਥੋੜ੍ਹੀ ਹੁੰਦੇ ਨੇ ਕੋਰਸ ਇਹ ਨਾਲੇ ਇਹ ਕਿਹੜਾ ਆਪਾਂ ਤੋਂ ਕਿਸੇ ਗਲਤ ਕੰਮ ਲਈ ਪੈਸੇ ਮੰਗ ਰਹੀ ਆ ਪੜ੍ਹਾਈ ਵਾਸਤੇ ਹੀ ਮੰਗਦੀ ਆ ਕੋਈ ਗੱਲ ਨਹੀਂ ਤੂੰ ਆਪਣਾ ਲਿਖਵਾ ਦੇ ਨਾਮ ਮੈਂ ਕਰਦਾ ਕੋਈ ਪੈਸਿਆਂ ਦਾ ਹੱਲ ਟੈਨਸ਼ਨ ਨਾ ਲੈ ਤੂੰ ਕੋਰਸ ਕਰ ਆਪਣਾ ਠੀਕ ਹੈ ਵੀਰੇ ਪੜ੍ਹਾਈਆਂ ਕਿਹੜਾ ਪੁੱਤ ਕਰਨ ਦੀਆਂ ਰਹੀਆਂ ਬਹੁਤ ਪੈਸਾ ਲੱਗਦਾ ਪੜ੍ਹਾਈਆਂ ਤੇ ਹਾਂ ਬੇਬੇ ਗੱਲ ਤਾਂ ਸਹੀ ਆ ਪੈਸਾ ਤਾਂ ਬਹੁਤ ਲੱਗਦਾ ਆ ਹੁਣ ਪੜ੍ਹਾਈਆਂ ਤੇ ਹੈਲੋ ਜੱਗੀ ਗੁਰੀ ਬੋਲ ਰਿਹਾ ਹਾਂਜੀ ਵੀਰੇ ਉਹ ਕਿੱਥੇ ਆ ਤੂੰ ਆ ਬਸ ਮੈਂ ਘਰ ਤੋਂ ਬਾਹਰ ਨਿਕਲਣ ਲੱਗ ਰਿਹਾ ਸੀ ਵੀਰੇ ਆਫਿਸ ਨੂੰ ਜਾਣ ਦੀ ਤਿਆਰੀ ਕਰ ਰਿਹਾ ਸੀ ਉਹ ਮੈਂ ਤੇਰੇ ਘਰ ਦੇ ਬਾਹਰ ਵੇਟ ਕਰ ਰਿਹਾ ਆ ਜਾ ਨਾਲੇ ਗੱਲਾਂ ਮਾਰਦੇ ਜਾਵਾਂਗੇ ਨਾਲੇ ਮੈਂ ਤੈਨੂੰ ਛੱਡ ਦੂੰਗਾ ਉੱਥੇ ਅੱਛਾ ਚਲੋ ਮੈਂ ਆ ਗਿਆ ਤੁਹਾਡੇ ਕੋਲ ਆ ਗਿਆ 2 ਮਿੰਟ 'ਚ ਆ ਗਿਆ ਬਸ ਆ ਜਾ ਆ ਜਾ ਬਸ ਵਧੀਆ ਵਧੀਆ ਜੱਗੀ ਤੂੰ ਦੱਸ ਉਹ ਜੱਗੀ ਮੈਂ ਸੋਚਿਆ ਤੈਨੂੰ ਯਾਰ ਨਾਲ ਲੈ ਚੱਲਦਾ ਨਾਲ ਤਾਂ ਗੱਲਾਂ ਬਾਤਾਂ ਮਾਰ ਲਾਂਗੇ ਨਾਲ ਟਾਈਮ ਪਾਸ ਹੋ ਜੂਗਾ ਤੇ ਤੇਰੇ ਆਫਿਸ ਤੋਂ ਮੈਂ ਤੈਨੂੰ ਛੱਡੇ ਦੇਣਾ ਹੁਣ ਜਾਂਦੇ ਜਾਂਦੇ ਹੋਰ ਸੁਣਾਓ ਵੀਰੇ ਨਵੀਂ ਤਾਜੀ ਉਹ ਕੁਛ ਨਹੀਂ ਯਾਰ ਮੈਂ ਤਾਂ ਗੱਡੀ ਦੀ ਐਡ ਪਾ ਕੇ ਹਟਿਆ ਉਹ ਅਲੈਕਸ ਤੇ ਮੈਂ ਸੋਚਿਆ ਹੁਣ ਇਹਨੂੰ ਵੇਚ ਦਈਏ ਕੱਢ ਦਈਏ ਹੁਣ 5 ਸਾਲ ਹੋ ਗਏ ਇਹਨੂੰ ਅੱਛਾ ਵੀਰੇ ਨਵੀਂ ਕਿੰਨੇ ਦੀ ਲਈ ਉਹ ਨਵੀਂ ਨਹੀਂ ਹਜੇ ਲਈ ਜਿਸ ਦਿਨ ਇਹ ਵਿਕ ਗਈ ਉਹ ਤੋਂ ਅਗਲੇ ਦਿਨ ਨਵੀਂ ਕਢਾ ਲੈਣੀ ਆਪਾਂ ਨੇ ਕਿੰਨੇ ਦੀ ਵੇਚ ਰਹੇ ਹੋ ਵੀਰੇ ਉਹ 6,00,000 ਦੀ ਤਾਂ ਵਿਕ ਜਾਊਗੀ ਯਾਰ ਇਹ ਅੱਛਾ ਜੇ ਮੈਂ ਲੈਣੀ ਹੋਵੇ ਉਹ ਜੱਗੀ ਤੂੰ ਮੇਰੀ ਗੱਲ ਸੁਣ ਪਹਿਲੀ ਗੱਲ ਤਾਂ ਯਾਰ ਨਾ ਇਹ ਗੱਡੀ ਮੈਂ ਨਾ ਤਾਂ ਕਿਸੇ ਰਿਸ਼ਤੇਦਾਰੀ 'ਚ ਅਤੇ ਨਾ ਕੋਈ ਯਾਰ ਦੋਸਤ ਕਿਸੇ ਨੂੰ ਵੀ ਨਹੀਂ ਦੇਣੀ ਹੈਗੀ ਯਾਰ ਮਸ਼ੀਨਰੀ ਆ ਇਹਨੂੰ ਕੁਛ ਵੀ ਹੋ ਸਕਦਾ ਯਾਰ ਰਿਲੇਸ਼ਨ ਖਰਾਬ ਹੋ ਜਾਂਦੇ ਨੇ ਤੂੰ ਸਮਝ ਸਕਦਾ ਮੇਰੀ ਗੱਲ ਉਹ ਮੈਂ ਤਾਂ ਮਜ਼ਾਕ ਕਰਦਾ ਵੀਰੇ ਉਹ ਚੱਲ ਕੋਈ ਨਹੀਂ ਪਰ ਜੇ ਕੋਈ ਗਾਹਕ ਹੋਇਆ ਤਾਂ ਦੱਸੀ ਜ਼ਰੂਰ ਹਾਂ ਜ਼ਰੂਰ ਦੱਸਾਂਗੇ ਬਾਈ ਓਕੇ ਵੀਰੇ ਥੈਂਕ ਯੂ ਮਿਲਦੇ ਜੱਗੀ ਫਿਰ ਓਕੇ ਓਕੇ ਵੀਰੇ ਕੀ ਹਾਲ ਹੈ ਵਧੀਆ ਵਧੀਆ ਤੂੰ ਦੱਸ ਆ ਬਾਈ ਕੌਣ ਸੀ ਓ ਯਾਰ ਇਹ ਤਾਂ ਮੇਰਾ ਸਕੂਲ ਫਰੈਂਡ ਸੀ ਅੱਛਾ ਆਈ ਨਹੀਂ ਅਜੇ ਬਸ ਉਹ ਕਿੱਥੇ ਯਾਰ ਕੱਟਾ ਦੇਖ ਰਿਹਾ ਮੈਂ ਤਾਂ ਆਪ ਚਲਾ ਜਾ ਫਿਰ ਟੈਂਪੂ ਚੱਲਦੇ ਆ ਦੀਪੇ ਦੇਖ ਲੈ ਪਾਲਿਸੀ ਵਾਲਾ ਕੰਮ ਵੀ ਆਪਣਾ ਕਹੇ ਜਾ ਹੈ ਨਾ ਲੋਕਾਂ ਦੀ ਮਿੰਨਤਦਾਰੀ ਕਰਨੀ ਕਿੰਨੀ ਔਖੀ ਆ ਉਹ ਬਾਈ ਹੋਰ ਮਿੰਨਤਾਂ ਤੋਂ ਬਣਾਉਣੀ ਬਣਦਾ ਕੋਈ ਕਈ ਵਾਰੀ ਤਾਂ ਮੈਂ ਸੋਚਦਾ ਨਾ ਮੈਂ ਤਾਂ ਤੇਰੇ ਚੱਕਰਾਂ 'ਚ ਨਹੀਂ ਪੈ ਕਿਉਂ ਉਹ ਯਾਰ ਹੋਰ ਕਿਤੇ ਹੋਰ ਲੱਭ ਲੈਂਦੇ ਕੰਮ ਕੀ ਆ ਯਾਰ ਸਾਰਾ ਦਿਨ ਲੋਕਾਂ ਦੇ ਮਿੰਨਤਾਂ ਕਰੀ ਚੱਲੋ ਤਾਂ ਮੰਨਦਾ ਅਗਲਾ ਓਏ ਬਣਾਈਏ ਨਾ ਮੋੜ ਅੱਜ ਠੰਡ ਬਹੁਤ ਆ ਕਿੰਨੇ ਪੈਸੇ ਨੇ ਤੇਰੇ ਕੋਲ ਮੇਰੇ ਕੋਲ 150 ਰੁਪਇਆ 150 ਮੇਰੇ ਕੋਲ ਹੈਗਾ ਐਂ ਕਰਦੇ ਆ 250 ਦੀ ਰਮ ਆਊਗੀ ਕੱਲ੍ਹ ਤਾਂ ਪੱਕੇ 50 ਰੁਪਏ ਜਾਂਦੇ ਖਾਲਾਂਗੇ ਚੱਲ ਫਿਰ ਹੈਗਾ ਤੇਰਾ ਮੋੜ ਆ ਜਾ ਜਾ ਟੇਵੇ ਨੇ ਬਾਈ
ਪਾਲਾ ਪਾਣੀ ਮੇਰੇ ਯਾਰ। ਦੀਪੇ ਮੈਂ ਗੱਡੀ ਨਹੀਂ ਲਿਆ ਰਿਹਾ, ਗੱਡੀ ਵਾਲਾ ਪਲੈਨ ਨਾ ਕੈਂਸਲ ਕਰਤਾ ਤੇਰੇ ਬਾਈ ਨੇ। ਕਿਉਂ ਬਾਈ, ਪੈਸੇ ਘੱਟ ਗਏ? ਪੈਸੇ ਨਹੀਂ ਘਟੇ ਬਾਈ, ਸ਼ਾਇਦ ਹਿੰਮਤ ਘੱਟ ਗਈ, ਹਿੰਮਤ ਜੀ ਨਹੀਂ ਪੈ ਰਹੀ। ਮਤਲਬ ਯਾਰ? ਮਤਲਬ ਬਸ ਗੱਡੀ ਜੋਗੀ ਪੈਸੇ ਬਚੇ ਆ ਖਾਤੇ 'ਚ, ਜੇ ਗੱਡੀ ਲਿਆਤੀ ਬੈਂਕ 'ਚ ਬੈਲੈਂਸ ਓਨਾ ਕੁ ਬਚੂਗਾ, ਆ ਜਿੰਨਾ ਕੁ ਦੋ ਪੈਗ ਮਾਰਨ ਤੋਂ ਬਾਅਦ ਆਦੀ ਇਹ 'ਚ ਰਮ ਬਚਣੀ ਆ। ਫਿਰ ਹੁਣ? ਹੁਣ ਬਾਈ ਬਸ ਮੈਂ ਇੱਦਾਂ ਸੋਚਿਆ ਆ, ਬੜੇ ਸੁਪਨਿਆਂ ਦੇ ਚੱਕਰ 'ਚ ਨਾ ਛੋਟੇ ਸੁਪਨੇ ਨਹੀਂ ਮਾਰਨੇ, ਹੁਣ ਬਸ ਛੋਟੇ ਛੋਟੇ ਸੁਪਨੇ ਪੂਰੇ ਕਰਨੇ ਨੇ ਜਿਹੜੇ ਵੀ ਨੇ। ਚੱਲ ਦੀਪੇ ਤੈਨੂੰ ਸ਼ਾਇਰੀ ਸੁਣਾਵਾਂ, ਸਾਹਿਰ ਲੁਧਿਆਣਵੀ ਦੀ। ਸੁਣਾ ਬਾਈ। ਕਭੀ ਖੁਦ ਪੇ ਕਭੀ ਹਾਲਾਤ ਪੇ ਰੋਣਾ ਆਇਆ, ਬਾਤ ਨਿਕਲੀ ਤੋ ਹਰ ਬਾਤ ਪੇ ਰੋਣਾ ਆਇਆ। ਹੁਣ ਬਾਈ ਤੈਨੂੰ ਫਿਰ ਰੋਣਾ ਰਿਹਾ? ਉਹ ਕਮਲਿਆ ਰੋਣਾ ਇੱਕ ਇਮੋਸ਼ਨ ਆ, ਨਾਲੇ ਅੱਖਾਂ ਤੋਂ ਤਾਂ ਜ਼ਿੰਮੇਦਾਰ ਬੰਦਾ ਕਦੇ ਰੋ ਹੀ ਨਹੀਂ ਸਕਦਾ, ਕਿਉਂਕਿ ਜੇ ਲੋਕਾਂ ਨੇ ਦੇਖ ਲਿਆ ਨਾ ਤਾਂ ਗੈਰ ਜ਼ਿੰਮੇਦਾਰ ਬੋਲਣਗੇ। ਪਤਾ ਨਹੀਂ ਯਾਰ ਅੱਜ ਤੂੰ ਕਿਹੜੀਆਂ ਡੂੰਘੀਆਂ ਜਾਂ ਗੱਲਾਂ ਕਰੀ ਜਾਣਾ, ਨਾਲੇ ਆ ਮੇਰੀ ਗੱਲ ਸੁਣ, ਮੈਂ ਤਾਂ ਹੋਰ ਪੀਂਦਾ ਨਹੀਂ, ਆ ਮੇਰੇ ਵਾਲਾ ਪੈਗ ਵੀ ਤੂੰ ਹੀ ਲਾ ਲਾ। ਚੱਲ ਇੱਕ ਜ਼ਿੰਮੇਵਾਰੀ ਹੁਣ ਤੂੰ ਵੀ ਦੇ ਦੇ ਹੋਰ ਮੇਰੇ ਸਿਰ 'ਤੇ, ਜਿੱਥੇ ਪਹਿਲੀਆਂ ਨਿਭਾਈਆਂ ਨੇ ਇਹ ਵੀ ਨਿਭਾ ਲਾਂਗੇ। ਨਾਲੇ ਇੱਕ ਗੱਲ ਹੋਰ, ਆ ਜਿੰਨੀਆਂ ਗੱਲਾਂ ਮੈਂ ਤੇਰੇ ਕੋਲ ਕਰੀਆਂ ਨੇ ਨਾ ਇਹ ਕਿਸੇ ਹੋਰ ਕੋਲ ਨਾ ਕਰਦੀ। ਉਹ ਬਾਈ ਭੁੱਲੂੰ ਦਾ ਤਾਂ ਜੇ ਸਮਝ ਲੱਗੀ ਹੋਵੇ, ਮੇਰੇ ਤਾਂ ਸਾਰੀਆਂ ਉੱਪਰ ਦੀ ਗਈਆਂ ਨੇ। ਉਹ ਚੱਲ ਵਧੀਆ ਗੱਲ ਆ, ਤੈਨੂੰ ਸਮਝ ਨਹੀਂ ਲੱਗੀ, ਜੇ ਤੈਨੂੰ ਸਮਝ ਲੱਗ ਜਾਂਦੀ ਨਾ, ਆਹ ਜਿਹੜੀ ਸੁਸਾਇਟੀ ਆ ਆਪਣਾ ਆਲਾ ਦੁਆਲਾ ਆ, ਇਹ ਆਪਾਂ ਨੂੰ ਮਿਡਲ ਕਲਾਸ ਬੰਦਿਆਂ ਨੂੰ ਨਾ ਆਹ ਸਾਲਾ ਮਿਡਲ ਫਿੰਗਰ ਦਿਖਾਉਂਦਾ ਫਿਰਦਾ ਵੀ ਤੁਹਾਡੇ ਤੋਂ ਕੁਛ ਜੁੜਿਆ ਨਹੀਂ ਸਾਰੀ ਜ਼ਿੰਦਗੀ 'ਚ। ਜਿਹੜਾ ਮਿਡਲ ਕਲਾਸ ਬੰਦਾ ਹੁੰਦਾ ਨਾ ਦੀਪੇ, ਸਾਰੀ ਜ਼ਿੰਦਗੀ ਬਸ ਇਹੀ ਸੋਚਾਂ 'ਚ ਕੱਢਦਾ ਹੁੰਦਾ ਵੀ ਅੱਜ ਮੈਨੂੰ ਪੈਸੇ ਇਕੱਠੇ ਹੋਣਗੇ ਮੈਂ ਮੋਟਰਸਾਈਕਲ ਲੈ ਲਾਂ, ਅੱਜ ਮੈਨੂੰ ਪੈਸੇ ਇਕੱਠੇ ਹੋਣਗੇ ਮੈਂ ਗੱਡੀ ਲੈ ਲਾਂ। ਪਰ ਨਾ ਇਹ ਚੀਜ਼ਾਂ ਤੱਕ ਪਹੁੰਚਣ ਲਈ ਉਹਨਾਂ ਨੂੰ ਪਤਾ ਨਹੀਂ ਕਿੰਨੀਆਂ ਕੁ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ, ਅਤੇ ਤੈਨੂੰ ਪਤਾ ਉਸ ਦੌਰ 'ਚੋਂ ਕੌਣ ਗੁਜ਼ਰ ਰਿਹਾ ਇਸ ਟਾਈਮ? ਕੌਣ ਬਾਈ? ਆਪਾਂ। ਛੱਡ ਯਾਰ, ਤੂੰ ਤਾਂ ਸਾਰੀ ਪੀਤੀ ਉਤਾਰੇਗਾ, ਚੱਲੀ ਕਰਨ। ਚਲੋ ਚੱਲੀ। ਹਾਂਜੀ ਦੋਸਤੋ, ਕਿੱਦਾਂ ਦੀ ਲੱਗੀ ਤੁਹਾਨੂੰ ਇਹ ਵੀਡੀਓ? ਉਮੀਦ ਕਰਦਾ ਵਧੀਆ ਲੱਗੀ ਹੋਊਗੀ। ਹਰੇਕ ਬੰਦੇ ਦਾ ਸੁਪਨਾ ਹੁੰਦਾ ਆ ਕਿ ਮੈਂ ਕਾਰ ਲੈਣੀ ਆ, ਪਰ ਉਹ ਜਿਹੜਾ ਜੋਬ ਕਰਦਾ ਆ ਮੁੰਡਾ ਹੈ ਨਾ, ਉਹਦੀਆਂ ਲਿਮਿਟੇਸ਼ਨ ਹੁੰਦੀਆਂ ਨੇ ਪਰਿਵਾਰ ਨੂੰ ਲੈ ਕੇ, ਉਹ ਕਈ ਵਾਰੀ ਉਹਦੇ ਸੁਪਨੇ ਨਹੀਂ ਪੂਰੇ ਹੁੰਦੇ। ਪਰ ਜ਼ਰੂਰੀ ਨਹੀਂ ਹੈਗਾ ਜੇ ਇਸ ਕਹਾਣੀ ਦੇ ਕਿਰਦਾਰ ਦੇ ਸੁਪਨੇ ਨਹੀਂ ਪੂਰੇ ਹੋਏ ਤਾਂ ਮਤਲਬ ਤੁਹਾਡੇ ਵੀ ਨਹੀਂ ਪੂਰੇ ਹੋਣਗੇ। ਮਿਹਨਤ ਕਰਿਆ ਕਰੋ, ਮਿਹਨਤ ਦੇ ਨਾਲ ਸਭ ਕੁਛ ਅਚੀਵ ਹੁੰਦਾ ਆ। ਅਤੇ ਬਾਕੀ ਇੱਕ ਹੁਣ ਅਗਲਾ ਜਿਹੜਾ ਕੰਸੈਪਟ ਆ ਉਹ ਤੁਹਾਡੇ ਲਈ ਕੈਦਾਂ ਦਾ ਲੈ ਕੇ ਆ ਰਹੇ ਹਾਂ ਕਿ ਅੱਜ ਤੱਕ ਆਪਾਂ ਨੇ ਪਹਿਲਾਂ ਕਦੇ ਕਿਸੇ ਪੁਲਿਸ ਵਾਲੇ 'ਤੇ ਕਿਸੇ ਪੁਲਿਸ ਆਫਿਸਰ 'ਤੇ ਉੱਦਾਂ ਦੀ ਵੀਡੀਓ ਨਹੀਂ ਬਣਾਈ ਸੀਗੀ ਜਾਂ ਵੀਡੀਓ ਹੀ ਨਹੀਂ ਬਣਾਈ ਸੀਗੀ। ਇਸ ਵਾਰੀ ਵੀਡੀਓ ਆ ਰਹੀ ਆ 2 ਕੁ ਦਿਨਾਂ ਦੇ ਅੰਦਰ ਇੱਕ ਪੁਲਿਸ ਆਫਿਸਰ ਦੇ ਉੱਤੇ ਜਿਹੜਾ ਬਹੁਤ ਇਮਾਨਦਾਰ ਆ, ਅਤੇ ਉਹ ਕਿਵੇਂ ਸਮਾਜ ਦੀਆਂ ਜਿਹੜੀਆਂ ਉਹਦੀਆਂ ਗੱਲਾਂ ਨੇ ਉਹਦੇ ਦਿਮਾਗ 'ਚ ਪਾਉਂਦਾ ਆ, ਸਮਾਜ ਵੀ ਤੂੰ ਰਿਸ਼ਵਤ ਲੈ ਜਾਂ ਕੁਛ ਹੋਰ ਕਰ, ਇੱਦਾਂ ਦਾ ਕੰਸੈਪਟ ਲੈ ਕੇ ਆ ਰਹੇ ਹਾਂ, ਬੜਾ ਸੋਹਣਾ, 2 ਕੁ ਦਿਨਾਂ ਦੇ ਅੰਦਰ ਆ ਜਾਊਗਾ। ਸੋ ਉਹਨੂੰ ਵੀ ਤੁਸੀਂ ਪਿਆਰ ਦੇਣਾ ਆ, ਪਲੱਸ ਇਸ ਵੀਡੀਓ ਨੂੰ ਸ਼ੇਅਰ ਕਰਕੇ ਜਾਇਓ, ਸਾਡੀ ਬਹੁਤ ਮਿਹਨਤ ਲੱਗਦੀ ਆ, ਬਹੁਤ ਟਾਈਮ ਜਾਂਦਾ ਇਹਨਾਂ ਚੀਜ਼ਾਂ ਨੂੰ ਬਣਾਉਣ 'ਤੇ, ਅਤੇ ਬਹੁਤ ਮਿਹਨਤ ਵੀ ਲੱਗਦੀ ਆ, ਅਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਤੁਸੀਂ ਸਾਨੂੰ ਸਪੋਰਟ ਦਿਖਾਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਨੂੰ ਲਾਈਕ ਕਰੋ, ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਕਰੋ, ਸਾਡਾ ਇਹੀ ਰੋਣਾ ਹੁੰਦਾ ਹੈ ਯੂਟਿਊਬਰਸ ਦਾ। ਸੋ ਸਾਰੇ ਜਣੇ ਪਿਆਰ ਜ਼ਰੂਰ ਦਿਖਾਇਆ ਕਰੋ ਤਾਂ ਕਿ ਸਾਡਾ ਹੌਸਲਾ ਵਧੇ। ਸੋ ਸਾਡਾ ਹੌਸਲਾ ਵਧਾਓ। ਬਾਕੀ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਨਾਲ, ਇੱਕ ਇਮਾਨਦਾਰ ਪੁਲਿਸ ਆਫਿਸਰ ਦੀ ਵੀਡੀਓ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।